ਆਖਿਆ ਜਾਂਦਾ, ਅਕਸਰ ਇਹ ਗੱਲ ਆਖੀ ਜਾਂਦੀ ਹੈ ਕਿ ਸਿੱਖਾਂ ਨੇ ਇਤਿਹਾਸ ਨੂੰ ਬਣਾਇਆ ਤਾਂ ਬਹੁਤ ਪੁਰ ਸੰਭਾਲਿਆ ਨਹੀਂ ਗਿਆ। ਸੋ ਇੱਕ ਸਾਡਾ ਇੱਕ ਛੋਟਾ ਜਿਹਾ ਕਦਮ ਹੈ ਜੋ ਅਸੀਂ ਇਸ ਇਤਿਹਾਸ ਨੂੰ ਜੋ ਸੰਭਾਲਣ ਦੀ ਕੋਸ਼ਿਸ਼ ਕੀਤੀ ਹੈ। ਚਾਂਦਨੀ ਚੌਕ ਦਾ 348 ਸਾਲ ਪਹਿਲਾਂ ਉਸ ਧਰਤੀ ਤੇ ਜੋ ਵਰਤਾਰਾ ਹੋਇਆ ਸੀ, ਉਸ ਵਰਤਾਰੇ ਦੇ ਵਿੱਚ ਸਾਰਾ ਵਰਤਾਰਾ ਜੋ ਹੈ ਕਲਮਬੱਧ ਕੀਤਾ ਗਿਆ। ਇਸ ਦੇ ਨਾਲ ਹੀ ਜੋ ਭਾਈ ਮਤੀ ਦਾਸ ਜੀ ਦੀ ਜੋ ਕੁੱਲ ਹੈ, ਉਸਦਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਉਹ ਦਸਵੀਂ ਪਾਤਸ਼ਾਹੀ ਔਰ ਦਸਵੀਂ ਪਾਤਸ਼ਾਹੀ ਤੋਂ ਬਾਅਦ ਮਿਸਲ ਕਾਲ, ਮਹਾਰਾਜਾ ਰਣਜੀਤ ਸਿੰਘ ਦਾ ਕਾਲ, ਅੰਗਰੇਜ਼ ਰਾਜ ਔਰ ਮੌਜੂਦਾ ਸਮੇਂ 'ਚ ਜੋ ਉਹਨਾਂ ਦੀਆਂ ਨਿਸ਼ਾਨੀਆਂ ਜੋ ਪਰਿਵਾਰ ਦੇ ਕੋਲ ਮੌਜੂਦ ਨੇ, ਉਹ ਸਾਰਾ ਕਲਮਬੱਧ ਕੀਤਾ ਗਿਆ ਹੈ। ਸੋ ਇਹ ਪੰਥ ਨੂੰ ਇਹ ਬਹੁਤ ਵੱਡੀ ਸੇਵਾ ਜੋ ਹੈ ਇਹ ਕੀਤੀ ਗਈ ਹੈ। ਜੋ ਦਸਮ ਗੁਰੂ ਤੇਗ ਬਹਾਦਰ ਪਾਤਸ਼ਾਹ ਜਦੋਂ ਇੱਕ ਦਿਨ ਪਹਿਲਾਂ ਸ਼ਹੀਦੀ ਹੁੰਦੀ ਹੈ 10 ਨਵੰਬਰ 1675 ਨੂੰ, ਜੀ ਇਹ ਇੱਕ ਪੁਸਤਕ ਜੋ ਇਸ ਕੁੱਲ ਦਾ ਜੋ ਇਤਿਹਾਸ ਹੈ ਇਸ ਸੰਭਾਲਣ ਦੇ ਵਾਸਤੇ ਜੋ ਲਿਖੀ ਗਈ ਹੈ, ਜਿਸ ਨੂੰ ਲਿਖਣ ਦਾ ਆਦੇਸ਼ ਜੋ ਹੈ ਜਥੇਦਾਰ ਹਰਪ੍ਰੀਤ ਸਿੰਘ ਜੀ ਵੱਲੋਂ ਕੀਤਾ ਗਿਆ ਸੀ ਕਿ ਇਹ ਜੋ ਸਾਰਾ ਇਸ ਕੁੱਲ ਦਾ ਇਤਿਹਾਸ ਹੈ, ਭਾਈ ਮਤੀ ਦਾਸ ਜੀ ਕੁੱਲ ਦਾ ਇਤਿਹਾਸ ਹੈ, ਉਸਨੂੰ ਕਲਮਬੱਧ ਕੀਤਾ ਜਾਏ, ਤਾਂ ਜੋ ਇਹ ਜੋ ਸੇਵਾ ਹੈ ਫਿਰ ਡਾਕਟਰ ਗੁਰਿੰਦਰਪਾਲ ਸਿੰਘ ਜੋਸ਼ਨ ਜੀ ਦੁਆਰਾ ਕੀਤੀ ਗਈ ਹੈ। ਇਹ ਜੋ ਸਾਰਾ ਇਤਿਹਾਸ ਹੈ ਇਸ ਪੁਸਤਕ ਦੇ ਅੰਦਰ, ਚਾਂਦਨੀ ਚੌਕ ਦਾ 348 ਸਾਲ ਪਹਿਲਾਂ ਉਸ ਧਰਤੀ 'ਤੇ ਜੋ ਵਰਤਾਰਾ ਹੋਇਆ ਸੀ, ਉਸ ਵਰਤਾਰੇ ਦੇ ਵਿੱਚ ਸਾਰਾ ਵਰਤਾਰਾ ਜੋ ਹੈ ਕਲਮਬੱਧ ਕੀਤਾ ਗਿਆ। ਕਿਸ ਤਰ੍ਹਾਂ ਗੁਰੂ ਸਾਹਿਬ ਅਨੰਦਪੁਰ ਸਾਹਿਬ ਤੋਂ ਦਿੱਲੀ ਦੀ ਧਰਤੀ ਵੱਲ ਨੂੰ ਆਏ ਨੇ ਔਰ ਕਿਸ ਤਰ੍ਹਾਂ ਦਿੱਲੀ ਸ਼ਹਾਦਤਾਂ ਹੋਈਆਂ, ਹਕੂਮਤ ਨਾਲ ਕੀ ਗੱਲਬਾਤ ਹੋਈ ਔਰ ਸਰੀਰਾਂ ਦੀ ਕਿੱਦਾਂ ਸੰਭਾਲ ਹੋਈ, ਔਰ ਇਸ ਦੇ ਨਾਲ ਹੀ ਜੋ ਭਾਈ ਮਤੀ ਦਾਸ ਜੀ ਦੀ ਜੋ ਕੁੱਲ ਹੈ, ਉਸਦਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਔਰ ਦਸਵੀਂ ਪਾਤਸ਼ਾਹੀ ਔਰ ਦਸਵੀਂ ਪਾਤਸ਼ਾਹੀ ਤੋਂ ਬਾਅਦ ਮਿਸਲ ਕਾਲ, ਮਹਾਰਾਜਾ ਰਣਜੀਤ ਸਿੰਘ ਦਾ ਕਾਲ, ਅੰਗਰੇਜ਼ ਰਾਜ ਔਰ ਮੌਜੂਦਾ ਸਮੇਂ 'ਚ ਜੋ ਉਹਨਾਂ ਦੀਆਂ ਨਿਸ਼ਾਨੀਆਂ ਜੋ ਪਰਿਵਾਰ ਦੇ ਕੋਲ ਮੌਜੂਦ ਨੇ, ਉਹ ਸਾਰਾ ਕਲਮਬੱਧ ਕੀਤਾ ਗਿਆ ਹੈ। ਸੋ ਇਹ ਪੰਥ ਨੂੰ ਇਹ ਬਹੁਤ ਵੱਡੀ ਸੇਵਾ ਜੋ ਹੈ ਇਹ ਕੀਤੀ ਗਈ ਹੈ, ਜੋ ਜਥੇਦਾਰ ਸਾਹਿਬ ਦੇ ਆਦੇਸ਼ 'ਤੇ ਔਰ ਭਾਈ ਸਾਹਿਬ ਜੀ ਉਦਾਸ ਨੇ ਵੀ ਕੁਛ ਚੈਪਟਰ ਲਿਖੇ ਨੇ, ਉਹਦੇ 'ਚ ਹੀ ਸਾਡੇ ਭਾਈ ਸਾਹਿਬ ਜਿਹੜੇ ਬਜ਼ੁਰਗ ਨੇ ਸਾਡੇ ਨਾਲ, ਭਾਈ ਸਾਹਿਬ ਭਾਈ ਜਿਹੜੇ ਦਿਆਲਾ ਜੀ ਦੇ ਜਿਹੜੇ ਪਰਿਵਾਰ ਦੇ ਵਿੱਚੋਂ ਅੱਗੇ ਉਹਨਾਂ ਦੀ ਬੱਸ ਚੁਣੀ। ਵਾਹਿਗੁਰੂ ਜੀ, ਸੰਗਤ ਨੂੰ ਉਦਾਸ ਬਸ ਇਹੀ ਮੈਸੇਜ ਕਰਨਾ ਚਾਹੇਗਾ, ਪਹਿਲਾਂ ਤਾਂ ਅਸੀਂ ਸੰਗਤ ਦੇ ਚਰਨਾਂ ਦੀ ਧੂੜ ਹਾਂ। ਜੋ ਸਾਡਾ ਇਤਿਹਾਸ ਹੈ ਬਹੁਤ ਆਖਿਆ ਜਾਂਦਾ, ਅਕਸਰ ਇਹ ਗੱਲ ਆਖੀ ਜਾਂਦੀ ਹੈ ਕਿ ਸਿੱਖਾਂ ਨੇ ਇਤਿਹਾਸ ਨੂੰ ਬਣਾਇਆ ਤਾਂ ਬਹੁਤ ਪੁਰ ਸੰਭਾਲਿਆ ਨਹੀਂ ਗਿਆ। ਸੋ ਇੱਕ ਸਾਡਾ ਇੱਕ ਛੋਟਾ ਜਿਹਾ ਕਦਮ ਹੈ ਜੋ ਜਥੇਦਾਰ ਸਾਹਿਬ ਦੀ ਅਗਵਾਈ ਦੇ ਹੇਠ ਜੋ ਇਹ ਉਹਨਾਂ ਦੇ ਜੋ ਆਦੇਸ਼ ਤੋਂ ਲਿਆ ਗਿਆ, ਜੋ ਅਸੀਂ ਇਸ ਇਤਿਹਾਸ ਨੂੰ ਜੋ ਸੰਭਾਲਣ ਦੀ ਕੋਸ਼ਿਸ਼ ਕੀਤੀ ਹੈ। ਸੋ ਸਾਨੂੰ ਸੰਗਤ ਨੂੰ ਇਹ ਮੈਸੇਜ ਹੈ ਕਿ ਸਾਨੂੰ ਆਪਣਾ ਇਤਿਹਾਸ ਸੰਭਾਲਣਾ ਚਾਹੀਦਾ ਹੈ, ਤਾਂ ਕਿ ਜੋ ਅਸੀਂ ਇਤਿਹਾਸ ਤੋਂ ਸੇਧ ਲੈ ਕੇ ਆਪਣਾ ਜਿਹੜਾ ਹੈ ਇਤਿਹਾਸ ਨੂੰ, ਆਪਣੀ ਸਿੱਖੀ ਨੂੰ ਉੱਚਿਆਂ ਕਰੀਏ ਔਰ ਆਪਣੇ ਜੀਵਨ ਨੂੰ ਸਫਲ ਬਣਾਈਏ, ਸੁਖੀ ਬਣਾਈਏ। ਆ ਜੋ ਕਿਤਾਬ ਅੱਜ ਰਿਲੀਜ਼ ਕੀਤੀ ਗਈ ਹੈ ਭਾਈ ਮਤੀਦਾਸ ਸਿਰਦਾਸ ਦੇ ਪਰਿਵਾਰ ਦੇ ਉਸ ਸ਼ਹੀਦੀ ਦੇ ਸੰਬੰਧ ਵਿੱਚ ਔਰ ਭਾਈ ਦਿਆਲਾ ਜੀ ਦੀ ਸ਼ਹੀਦੀ ਦੇ ਸੰਬੰਧ ਵਿੱਚ, ਦਾਸ ਭਾਈ ਮੂਲਾ ਜੀ, ਭਾਈ ਬੱਲੂ ਜੀ, ਮਾਈ ਦਾਸ ਔਰ ਮਾਈ ਦਾਸ ਤੋਂ ਬਾਅਦ ਉਹਨਾਂ ਦੇ 12 ਪੁੱਤਰ ਹੋਏ, 12 ਪੁੱਤਰ ਵਿੱਚ ਭਾਈ ਜੇਠਾ ਜੀ, ਭਾਈ ਮਨੀ ਸਿੰਘ, ਭਾਈ ਦਿਆਲਾ ਜੀ, ਇਹ ਗੁਰੂ ਹਰਰਾਏ ਪਾਤਸ਼ਾਹ ਦੇ ਕੋਲ ਮਾਈ ਦਾਸ ਜੀ ਆਪ ਸੇਵਾ ਵਿੱਚ ਲੈ ਕੇ ਗਏ। ਅਸੀਂ ਉਸੇ ਪਰਿਵਾਰ ਨਾਲ ਰੂਬਰੂ ਹੂਬ ਹੂ ਤੁਰੇ ਆਉਂਦੇ ਹਾਂ ਔਰ ਇਹੀ ਜੋ ਪਰਿਵਾਰ ਕਾਫੀ ਦੇਰ ਤੱਕ ਸਾਹਮਣੇ ਨਹੀਂ ਆ ਸਕਿਆ, ਉਹਦੇ ਬਾਅਦ ਸਾਨੂੰ ਆ ਜੋ ਪ੍ਰਿੰਸੀਪਲ ਸੁਖਬੀਰ ਸਿੰਘ ਦੀ ਲਿਖਤ ਮਿਲੀ, ਇਹਦੇ ਬਾਅਦ ਅਸੀਂ ਇਹਦੇ ਲਿਖਿਆ ਇਹ ਹੋਰ ਪਰਿਵਾਰ ਜੰਮੂ ਸਖਿਆੜਾ ਮੁਹੱਲਾ ਵਿੱਚ ਰਹਿੰਦੇ ਨੇ, ਅਤੇ ਅਸੀਂ ਉਸੇ ਪਰਿਵਾਰ ਨਾਲ ਸਖਿਆੜਾ ਮੁਹੱਲਾ ਜੰਮੂ ਵਿੱਚ ਸੀ, ਅਤੇ ਉਹ ਹੁਕਮਨਾਮੇ ਵਗੈਰਾ ਜੋ ਵੀ ਸਾਨੂੰ ਕਾਗਜ਼ ਇਕੱਠੇ ਕਰਨ ਵਿੱਚ ਥੋੜ੍ਹਾ ਸਮਾਂ ਲੱਗਿਆ ਕਰਕੇ ਸਾਡਾ ਭਾਈ ਮਤੀਦਾਸ ਪਰਿਵਾਰ ਨਾਲ ਤਾਲਮੇਲ ਬਣਿਆ। ਫਿਰ ਅਸੀਂ ਜਦੋਂ ਸਾਰਾ ਸਾਨੂੰ ਕਾਗਜ਼ ਮਿਲ ਗਏ ਅਤੇ ਅਸੀਂ ਆਪਣੇ ਜ਼ਰੀਏ ਤਰੀਕੇ ਜਥੇਦਾਰ ਸਭ ਤੱਕ ਆਪਣੀ ਬਾਤ ਪਹੁੰਚਾਈ ਔਰ ਉਸ ਬਾਤ ਦਾ ਅੱਜ ਸਾਨੂੰ ਇਹ ਸਾਹਮਣੇ ਆਇਆ, ਉਹ ਬੁੱਕ ਛੱਪ ਕੇ ਤਿਆਰ ਹੋ ਕੇ ਪਰਿਵਾਰਾਂ ਦਾ ਇਤਿਹਾਸ ਅਤੇ ਉਸ ਸ਼ਹੀਦਾਂ ਦਾ ਇਤਿਹਾਸ ਜੋ ਸਾਹਮਣੇ ਆਇਆ,
ਤੇ ਸਾਨੂੰ ਅਸੀਂ ਅੱਜ ਉਹ ਕਿਤਾਬ ਰਿਲੀਜ਼ ਕੀਤੀ ਗਈ ਹੈ ਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਵੀ ਕਰਦੇ ਹਾਂ। ਔਰ ਉਹ ਜੋ ਸ਼ਹੀਦੀ ਦੀ ਪ੍ਰੇਰਨਾ ਹੈ ਉਹ ਸਾਰਿਆਂ ਨੂੰ ਲੈਣੀ ਚਾਹੀਦੀ ਹੈ। ਉਹ ਇਹ ਜੋ ਕਿਤਾਬ ਰਿਲੀਜ਼ ਕੀਤੀ ਗਈ ਹੈ ਚਾਂਦਨੀ ਚੌਕ ਦੇ ਸ਼ਹੀਦ, ਔਰ ਇਸ ਚਾਂਦਨੀ ਚੌਕ ਦੇ ਸ਼ਹੀਦ ਵਿੱਚ ਉਹ ਤਿੰਨ ਸ਼ਹੀਦ ਜੋ ਦਸਮ ਗੁਰੂ ਤੇਗ ਬਹਾਦਰ ਪਾਤਸ਼ਾਹ ਜਦੋਂ ਇੱਕ ਦਿਨ ਪਹਿਲਾਂ ਸ਼ਹੀਦੀ ਹੁੰਦੀ ਹੈ 10 ਨਵੰਬਰ 1675 ਨੂੰ, ਇਹ ਉਹੀ ਸ਼ਹੀਦ ਨੇ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ, ਇਹ ਉਸੇ ਸ਼ਹੀਦੀ ਭਾਈ ਦਿਆਲਾ ਜੀ ਦੇ ਅਸੀਂ 10ਵੇਂ ਅੰਸ਼ ਵੰਸ਼ ਮੌਜੂਦ ਹਾਂ।